ਬੈਠਣਾ ਚੂਲੇ ਜਾਂ ਗੋਡੇ ਦੀ ਸਰਜਰੀ ਤੋਂ ਬਾਅਦ ਅਜਿਹੀ ਕੁਰਸੀ ਦੀ ਵਰਤੋਂ ਕਰੋ ਜਿਸ ਦਾ ਢੋ ਮਜ਼ਬੂਤ ਹੋਵੇ ਅਤੇ ਜਿਸ ਉੱਪਰ ਬਾਹਾਂ ਲਈ ਹੱਥੇ ਬਣੇ ਹੋਣ ਜੇ ਸਤ੍ਹਾ ਤੁਹਾਡੀ ਚੱਪਣੀ ਤੋਂ ਥੱਲੇ ਹੈ ਤਾਂ ਉਸ ਦੀ ਉਚਾਈ ਵਧਾਉਣ ਲਈ ਸੰਗਣੀ ਫੋਮ ਵਾਲੀ ਗੱਦੀ ਜਾਂ ਬੈੱਡ ਬਲਾਕਾਂ ਭਾਵ ਪਾਵਿਆਂ ਦੀ ਵਰਤੋਂ ਕਰੋ ਚੂਲੇ ਸਬੰਧੀ ਸਾਵਧਾਨੀਆਂ ਬਰਕਰਾਰ ਰੱਖਣ ਲਈ ਇਹ ਨਿਸ਼ਚਿਤ ਕਰੋ ਕਿ ਕੁਰਸੀ ਦੀ ਉਚਾਈ ਤੁਹਾਡੇ ਗੋਡੇ ਤੋਂ 2 ਇੰਚ ਉੱਪਰ ਹੈ ਉੱਚੀ ਅਤੇ ਸਖਤ ਸਤ੍ਹਾ ਵਾਲੀ ਕੁਰਸੀ ਜਾਂ ਪਲੰਗ ਤੇ ਬੈਠਣਾ ਜਾਂ ਉੱਠਣਾ ਸੌਖਾ ਰਹਿੰਦਾ ਹੈ ਬੈਠਣ ਲਈ ਕੁਰਸੀ ਵੱਲ ਪਿੱਠ ਕਰਕੇ ਔਦੋਂ ਤੱਕ ਪਿੱਛੇ ਨੂੰ ਜਾਓ ਜਦੋਂ ਤੱਕ ਤੁਸੀਂ ਉਸ ਨੂੰ ਆਪਣੀਆਂ ਲੱਤਾਂ ਨਾਲ ਲੱਗਦਾ ਮਹਿਸੂਸ ਨਹੀਂ ਕਰ ਸਕਦੇ ਆਪਣੀ ਸਰਜਰੀ ਵਾਲੀ ਲਤ ਅੱਗੇ ਨੂੰ ਪਸਾਰੋ ਕੁਰਸੀ ਉੱਪਰ ਬਾਹਾਂ ਲਈ ਬਣੇ ਹੱਥਿਆਂ ਤੱਕ ਆਪਣੇ ਹੱਥ ਲੈ ਕੇ ਜਾਓ ਅਤੇ ਹੌਲੀ-ਹੌਲੀ ਕੁਰਸੀ ਉੱਪਰ ਬੈਠੋ ਧਿਆਨ ਦੇਵੋ ਕਿ ਚੂੜਾ ਗੋਡਿਆਂ ਤੋਂ ਉੱਚਾ ਹੈ ਕੁਰਸੀ ਤੋਂ ਉੱਠਣ ਲਈ ਆਪਣੇ ਚੂਲੇ ਨੂੰ ਘੜੀਸ ਕੇ ਸੀਟ ਦੇ ਖੁੰਝੇ ਤੱਕ ਲਿਆਓ ਅਤੇ ਸਰਜਰੀ ਵਾਲੀ ਲਤ ਨੂੰ ਅੱਗੇ ਵੱਲ ਨੂੰ ਪਸਾਰੋ ਬਾਹਾਂ ਲਈ ਬਣੇ ਸਹਾਰੇ ਤੇ ਆਪਣੇ ਹੱਥਾਂ ਅਤੇ ਆਪਣੀ ਮਜ਼ਬੂਤ ਲੱਤ ਦੇ ਜ਼ੋਰ ਨਾਲ ਉੱਠੋ